ਹਾਂਜੀ ਮਿੱਤਰੋ, ਵੈਲਕਮ ਹੈ ਤੁਹਾਡਾ ਸਾਰਿਆਂ ਦਾ ਆਪਣੇ ਖੋ ਨਵੇਂ ਵਲੋਗ ਦੇ ਵਿੱਚ। ਅਤੇ ਵਲੋਗ ਬਹੁਤ ਇੰਟਰਸਟਿੰਗ ਹੋਣ ਵਾਲਾ, ਹੈ ਨਾ? ਲਓ ਜੀ, ਆਪਾਂ ਫੋਨ ਚੱਲਦਾ ਕਰ ਲਿਆ, ਦੇਖ ਸਕਦੇ ਤੁਸੀਂ, ਹੈ ਨਾ? ਇੱਧਰ ਵੀ ਵਲੋਗ ਬਣ ਰਿਹਾ। ਬਾਕੀ ਹੁਣ ਸਾਰੇ ਸੌਂ ਚੁੱਕੇ ਆ, ਆਹ 14 ਪਰਾਂ 'ਚ ਵਲੋਗ ਬਣ ਰਿਹਾ, ਹੈ ਨਾ? ਅਤੇ ਸਵੇਰੇ ਤੁਹਾਨੂੰ ਇਹਦੀ ਕੁਆਲਿਟੀ ਵਗੈਰਾ ਚੈੱਕ ਕਰਾਵਾਂਗੇ। ਜਿਹੜਾ ਡਾਟਾ ਗਾ ਹੁਣ ਆਪਾਂ ਆਹ ਵਾਲੇ ਆਈਫੋਨ 'ਚ ਟ੍ਰਾਂਸਫਰ ਕਰ ਲਈਏ, ਇਹਨੂੰ ਆਪਾਂ ਸੈਕੰਡਰੀ ਫੋਨ ਯੂਜ਼ ਕਰਾਂਗੇ। ਇਹ 'ਚ ਸਿਮ ਨਹੀਂ ਚੱਲਦਾ, ਇਹ 'ਚ ਮੈਂ ਸਿਮ ਪਾ ਲਿਆ ਅਤੇ ਇਹਦੇ 'ਚ ਚੱਲ ਪਿਆ ਪੂਰਾ ਵਧੀਆ, ਹੈ ਨਾ? ਬਾਕੀ ਹੁਣ ਕਰੀਏ ਵਲੋਗ ਨੂੰ ਐਡਿਟ, ਅਤੇ ਫਿਰ ਮਿਲਦਾ ਤੁਹਾਨੂੰ। ਉਹ ਇਸ ਕਰਕੇ ਜਦੋਂ ਇੱਥੇ ਰਾਤ ਹੁੰਦੀ ਆ ਤਾਂ ਮੈਂ ਇੱਥੇ ਬਹਿ ਕੇ ਕੰਮ ਕਰ ਲੈਂਦਾ ਹੁੰਦਾ ਆਪਦਾ, ਅਤੇ ਕੰਮ ਜਿੱਦਾਂ ਐਡਿਟਿੰਗ ਕਰਕੇ ਥੰਬਨੇਲ ਵਗੈਰਾ ਬਣਾ ਕੇ ਆਪਾਂ ਵੀਡੀਓ ਅਪਲੋਡ ਕਰ ਦਈ ਦੀ ਆ। ਉਰੇ ਵਾਈਫਾਈ ਦੀ ਬਹੁਤ ਵਧੀਆ ਰੇਂਜ ਆਉਂਦੀ ਆ ਨਾ ਆਪਣੇ ਰੂਮ ਦੇ ਵਿੱਚ, ਅਤੇ ਸਾਰਾ ਕੰਮ ਡਨ ਕਰ ਦਈਦਾ। ਲੋਏ ਨੀਚੇ ਆ ਗਏ, ਅਤੇ ਚਾਚੇ ਹੁਣੀ ਪਰਨਾ ਬੰਨਣ ਲੱਗੇ ਹੋਏ ਆ, ਅਤੇ ਅੱਜ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਬ੍ਰੋ, ਹੈਪੀ ਬਰਥਡੇ। ਥੈਂਕ ਯੂ। ਅੱਜ ਮਾਮੇ ਦਾ ਬਰਥਡੇ ਆ, ਸੈਲੀਬ੍ਰੇਟ ਨਹੀਂ ਕਰਨਾ ਅੱਜ? ਕੱਲੂ ਕਰਾਂਗੇ ਸੈਲੀਬ੍ਰੇਟ, ਕੱਲੂ ਸੰਡੇ ਆ ਨਾ, ਕੱਲੂ ਸੈਲੀਬ੍ਰੇਟ ਕਰਾਂਗੇ। ਜਾਓ ਕੰਮ ਤੇ, ਪੀਓ ਕੱਪ ਚਾਹ, ਟੂ ਹਾਰਡ ਵਰਕ, ਕੱਲੂ ਕਰ ਲਾਂਗੇ। ਹਾਂ, ਕੱਲੂ ਸੈਲੀਬ੍ਰੇਟ ਕਰ ਲਾਂਗੇ, ਇੱਥੇ ਐਂ ਥੋੜ੍ਹੀ ਆ ਵੀ ਆਪਾਂ ਛੁੱਟੀ ਕਰ ਲਾਂਗੇ, ਤੁਹਾਡੇ ਹੀ ਨੁਕਸਾਨ ਆ, ਹੈ ਨਾ? ਮੈਂ ਵੀ ਟਿਊਜ਼ਡੇ ਨੂੰ ਸਕੂਲ ਲੱਗ ਗਿਆ, ਬਸ ਟਿਊਜ਼ਡੇ ਨੂੰ ਮੈਂ ਸਕੂਲ ਭੱਗ ਜਾ ਕਰਨਾ। ਕੰਮ ਤੇ ਨਹੀਂ, ਹੈ ਨਾ? ਹਜੇ ਹਜੇ ਸਕੂਲ ਸਕੂਲ ਪੜ੍ਹਾਂਗੇ, ਯੂ ਨੋ ਮੇਰੀ ਫੀਸ ਫ੍ਰੀ ਆ। ਲੋ ਜੀ, ਅੱਜ ਮੌਸਮ ਦੇਖੋ ਪੂਰਾ ਘੈਂਟ ਹੋਇਆ ਆ, ਅੱਜ ਰੀਲਾਂ ਉਲਾਂ ਵੀ ਬਣਾਵਾਂਗੇ, ਸਭ ਕੁਛ ਬਣਾਵਾਂਗੇ ਨਾ। ਪਹਿਲਾਂ CRV ਨੂੰ ਲੈ ਕੇ ਚੱਲੀਏ, ਤੇ ਆਪਣੇ ਕੋਲ ਦੋ ਨੇ, ਇੱਕ CRV ਆ ਤੇ ਇੱਕ ਪਿੱਕਾ। ਅੱਜ ਫਿਰ ਕਹਿੰਦੇ ਨਿੰਦਰ ਮਾਮਾ ਜੀ ਦਾ ਜਨਮ ਦਿਨ ਆ ਗਿਆ, ਕਹਿੰਦੇ ਜਿਹੜਾ ਸੈਲੀਬ੍ਰੇਟ ਕਰਨਾ ਆਪਾਂ, ਸਿਰਾ ਸਿਰਾ ਕਰਨਾ ਹੈ, ਸਿਰਾ ਬੜਾ ਸਿਰਾ ਕਰ ਦੇਣਾ, ਬੜਾ ਜ਼ਿਆਦਾ ਸਿਰਾ ਕਰ ਦੇਣਾ, ਠੀਕ ਹੈ। ਸੈਲੀਬ੍ਰੇਟ ਵੀ ਉੱਥੇ ਕਰਨਾ, ਮੂਵੀ ਹਾਲ 'ਚ, ਉੱਥੇ ਹਾਲ ਬੁੱਕ ਕਰਾਇਆ ਹੋਇਆ। ਹਾਂ ਹਾਂ, ਹਾਲ ਬੁੱਕ ਕਰਾਇਆ ਹੋਇਆ। ਕਿਉਂ ਵੀ ਜੋਰੇ, ਓਏ ਆ ਜਾ, ਲੈ ਹੈ, ਅੱਜ ਕਿੰਨਾ ਖੇਡੇ, ਹੈ ਨਾ? ਚਲੋ ਸੱਚ, ਮੈਂ ਕਿਹੜਾ ਚਲਾਉਣੀ ਆ ਜਦ ਸਕੈਨਡ ਸਰੀ PC 604। ਚਲੋ ਚੱਲਦੇ ਆ ਹੁਣ ਆਪਾਂ, ਤੇ ਪਹਿਲਾਂ ਸਟਾਰਟ ਹੋਇਆ ਵੀ ਬਹੁਤ ਭੁਲੇਖਾ ਪੈਂਦਾ ਹੁੰਦਾ ਸੀਗਾ, ਜਦੋਂ ਗੱਡੀ ਡਰਾਈਵ ਕਰਨ ਲੱਗਦੇ ਉਧਰਲੀ ਸਾਈਡ ਜਾ ਕੇ ਬਹਿ ਜਾਣਾ ਸੀਗਾ, ਇੰਡੀਆ ਵਾਲਾ ਜਿਵੇਂ ਰਾਈਟ ਹੈਂਡ ਆ, ਇਹਨੂੰ ਆਪਾਂ ਦੱਬੀ ਤਾਂ ਗਏ ਆ। ਅੱਛਾ, ਹੋ ਗਈ ਸਟਾਰਟ, ਮੈਂ ਕਿਹਾ ਪਤਾ ਨਹੀਂ ਕਿੱਦਾਂ ਹੁੰਦੀ ਬ੍ਰੇਕ ਦੱਬ ਕੇ ਹੁੰਦੀ। ਓਕੇ ਜੇ ਆਪਾਂ ਇੱਥੇ ਦੇ ਰੂਲਾਂ ਦੇ ਹਿਸਾਬ ਨਾਲ ਦੇਖੀਏ ਵੀ ਡਰਾਈਵਿੰਗ, ਹੈ ਨਾ, ਤਾਂ ਬਹੁਤ ਬੋਰਿੰਗ ਆ, ਬੋਰਿੰਗ ਆ, ਬਾਹਲੀ ਜ਼ਿਆਦਾ ਬੋਰਿੰਗ। ਡਰਾਈਵਿੰਗ ਦਾ ਸਵਾਦ ਆ ਦੇਖੋ ਬਾਈ, ਬਸ ਠੀਕ ਆ, ਕੋਈ ਨੀ ਆਉਂਦਾ, ਜਿਹੜਾ ਪਹਿਲਾਂ ਆ ਗਿਆ ਉਹ ਨਿੱਗੂਗਾ, ਇੱਥੇ ਆਹ ਰੂਲ ਆ। ਅੱਜ ਦਿਖਾ ਰਿਹਾ ਤੁਹਾਨੂੰ ਕੈਂਡ ਜੀ, ਇਧਰਲੀ ਬਣ ਰਹੀ ਹੈਗੀ ਆਪਣੀ 40 ਇੰਚ, ਅਤੇ ਆਹ ਬਣ ਰਹੀ ਆ 30 ਇੰਚ। ਓਕੇ, ਅਤੇ ਫਰਕ ਕੁਛ ਨਹੀਂ ਹੈਗਾ। ਲਓ ਜੀ, ਪਲਾਜ਼ੇ 'ਚ ਆ ਗਏ, ਇੱਥੇ ਆਪਾਂ ਕਿੰਨਾ ਜਾਣਾ ਡੈਰੀ ਵਾਲਿਆਂ ਦੇ? ਇੱਥੇ ਆਪਾਂ ਪਹਿਲਾਂ ਜਾਣਾ ਸਵੀਟਸ ਵਾਲਿਆਂ ਦੇ, ਸਵੀਟਸ ਵਾਲਿਆਂ ਦੇ, ਉਹ ਸਵੀਟ 64, ਅਤੇ ਉਹ ਉੱਥੇ ਗੱਡੀ ਪਾਰਕ ਕਰਨ ਨੂੰ ਸਾਹਮਣੇ ਜਗ੍ਹਾ ਹੈਗੀ ਉਹਦੇ। ਕਿੱਦਾਂ ਟੈਸਟ 'ਚ? ਹਾਂ, ਟੈਸਟ ਹੋ ਗਿਆ। ਸਕਰੀਨ ਦੇ ਇੱਥੇ ਬੈਕ ਲਾਉਣੀ ਹੁੰਦੀ ਆ, ਪਹਿਲੀ ਵਾਰ 'ਚ ਲਾਤੀ ਤੇਰੇ ਬਾਈ ਨੇ, ਇੱਕ ਵਾਰ ਵੀ ਅੱਗੇ ਪਿੱਛੇ ਨਹੀਂ ਗਿਆ। ਪਹਿਲੀ ਵਾਰ 'ਚ ਬੈਕ ਲਾਤੀ, ਕਈ ਵਾਰ ਤਾਂ ਪੰਜਾਬੀ ਟੰਗਰ ਨੂੰ ਬੋਲਦਾ, ਫਿਰ ਸੌਖਾ ਹੋ ਜਾਏਗਾ। ਕੈਨੇਡਾ ਦੇ ਵਿੱਚ ਜਿੱਥੇ ਜਾਵੇ, ਹਾਂ, ਜਿਹੜੇ ਪਿੰਡ ਦੇ ਖੜੇ ਤੂੰ ਉੱਧਰ ਪੰਜਾਬੀ ਜਾਣਾ ਵਾਲਾ, ਜਿਹੜੇ ਮਰਜ਼ੀ ਲਗੜਾ ਉਹਨਾਂ ਦੇ ਲਈ ਕੈਂਪ 'ਚ ਚਲੇ, ਪੰਜਾਬੀ ਮਿਲਣਾ ਹੈ ਤੈਨੂੰ। ਪਾਰਕਿੰਗ ਕਹਿੰਦੇ ਪੂਰੀ ਸਿਰਾ ਲਾਈ ਹੈ, ਹੈ ਜਮਾ ਐਨ ਕੱਟ ਨਹੀਂ। ਲੈ ਲਈ ਆਪਾਂ ਸਵੀਟ 69 ਤੋਂ, ਚੱਕੋ, ਚਲੋ ਚਲੋ, ਗੁਲਾਬ ਜੀ, ਲੈਟਸ ਗੋ ਬ੍ਰਦਰ, ਹੈਪੀ ਬਰਥਡੇ ਉਸਤਾਦ। ਕੇਕ ਲੈ ਲਿਆ ਆਪਾਂ, ਇੱਦਾਂ ਹੀ ਲੈ ਕੇ ਜਾਣਾ ਨਾ ਆਪਾਂ? ਹਾਂ, ਆਪਾਂ ਇੱਦਾਂ ਹੀ ਲੈ ਕੇ ਜਾਣਾ, ਦੇਖੋ ਨਾਮ ਵੀ ਲਿਖਾ ਲਿਆ ਆਪਾਂ ਨੇ,
ਤੇ ਹਰ ਸ਼ੇਪ ਇਸ ਕਰਕੇ ਲਈ ਆ ਤੇ ਵਧੀਆ ਵੀ ਲੱਗਦਾ ਤੇ ਆਈਸਕ੍ਰੀਮ ਕੇਕ ਆ ਇਹਦੇ ਵਿੱਚ ਸਪੇਸ ਬਹੁਤ ਆ ਨਹੀਂ ਸਾਰਿਆਂ ਦੇ ਘੁੱਗੂ ਕਾਂਗੜੇ ਜਿਹੜੇ ਪਾਏ ਹੋਏ ਸੀ ਡਿਜ਼ਾਈਨ ਪਾਏ ਹੋਏ ਸੀ ਉਹਦੇ ਕਰਕੇ ਨਾ ਸਪੇਸ ਘੱਟ ਸੀ ਨਾ ਘੁੱਗੂ ਕਾਂਗੜੇ ਘੁੱਗੂ ਕਾਂਗੜੇ ਪਾਏ ਹੋਏ ਸੀਗੇ ਐਕਚੁਅਲੀ ਇਹ ਤਾਂ ਮੈਂ ਉਹ ਲਿਆ ਐਕਚੁਅਲੀ ਪਲਾਜ਼ੇ ਚ ਆਏ ਸੀਗੇ ਮੈਂ ਰੀਲ ਬਣਾ ਲਈ ਹੈ ਨਾ ਪਾਈ ਨੀ ਰੀਲ ਇੰਜ ਬਣਾਈ ਸੀ ਕਾਫੀ ਟਾਈਮ ਦੀ ਰੀਲ ਬਣਾ ਲਈ ਤੇ ਹੁਣ ਪਾਵਾਂਗੇ ਬਾਕੀ ਕੱਪੜੇ ਚੇਂਜ ਕਰੀਏ ਜਾ ਕੇ ਅੱਜ ਆਪਾਂ ਰਿਸ਼ਤੇਦਾਰੀ ਚ ਜਾਣਾ ਸੀਗਾ ਉੱਥੇ ਜਾ ਕੇ ਇੰਜੋਏ ਕਰਾਂਗੇ ਭੂਆ ਫੁੱਫੜ ਨੂੰ ਮਿਲਣ ਲਈ ਵੀ ਬਹੁਤ ਸੋਹਣਾ ਬਹੁਤ ਸੋਹਣਾ ਤੇ ਨਵਾਂ ਘਰ ਬਣਾਇਆ ਇੱਕ ਵਾਰ ਮੈਂ ਸ਼ਾਇਦ ਰੀਲ ਵੀ ਪਾਈ ਸੀ $1 billion ਹਾਊਸ ਹੈਨਾ ਹਾਂ ਮੈਂ ਉਹ ਰੀਲ ਹੀ ਪਾਈ ਸੀ ਇੱਕ ਵਲੌਗ ਪਾਇਆ ਸੀ ਉਹ ਘਰ ਬਰਨ ਵੀ ਵਾਲਾ ਸੀ ਉਹ ਅਲੱਗ ਸੀ ਘਰ ਇਹਨਾਂ ਦਾ ਓਕੇ ਤੇ ਜਿੱਥੇ ਰਹਿੰਦੇ ਆ ਉਹ ਏਰੀਆ ਵੀ ਬਹੁਤ ਸੋਹਣਾ ਗਾ ਤੇ ਘਰ ਵੀ ਬੜਾ ਸੋਹਣਾ ਗਾ ਨਵਾਂ ਘਰ ਹੁਣ ਦਿਖਾਉਂਦੇ ਆ ਚਲੋ ਚੱਲਦੇ ਆਂਗੇ ਆਪਾਂ ਤੇ ਕੇਕ ਉੱਥੇ ਹੀ ਕੱਟਾਂਗੇ ਜਾ ਕੇ ਲਓ ਜੀ ਦੇਖੋ ਤੁਸੀਂ ਕਿੰਨਾ ਘੈਂਟ ਏਰੀਆ ਆ ਗਏ ਆਪਾਂ ਹਨਾ ਇਹਦਾ ਪਿੱਛੇ ਵੈਦਰ ਬੜਾ ਘੈਂਟ ਸੀਗਾ ਜਿਹੜਾ ਤੁਸੀਂ ਪਿੱਛੇ ਦੇਖਿਆ ਨਾ ਕਲਿੱਪ ਚ ਚੈੱਕ ਹਿਲੀ ਏਰੀਆ ਤੇ ਰਹਿੰਦੇ ਹਨਾ ਮਤਲਬ ਉੱਚਾ ਨੀਵਾਂ ਉੱਚਾ ਨੀਵਾਂ ਲੈਂਡਸਕੇਪ ਏਰੀਆ ਨਹੀਂ ਹੈਗਾ ਮਤਲਬ ਪੱਥਰ ਨਹੀਂ ਹੈਗਾ ਲਓ ਜੀ ਹੁਣ ਤੁਹਾਨੂੰ ਇੱਕ ਵਿਊ ਦਿਖਾਉਣ ਲੈ ਕੇ ਆਇਆ ਕਰੋ ਚੈੱਕ ਆਏ ਹਾਏ ਉਹ ਕਿਆ ਬਾਤ ਹੈ ਕਿੰਨਾ ਸੋਹਣਾ ਵਿਊ ਆ ਅੱਗੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਦੇਖੋ ਇਹ ਆਹ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਕਰੋ ਚੈੱਕ ਹੈ ਬਾਈ ਮੈਂ ਕਿਹਾ ਜਿਹੜੇ ਉਰੇ ਬੰਦੇ ਰਹਿੰਦੇ ਉਹ ਕਿੰਨੇ ਲੱਕੀ ਹੋਣਗੇ ਨਾ ਰੋਜ਼ ਦੇਖਣ ਨੂੰ ਮਿਲਦਾ ਉਹਨਾਂ ਨੇ ਵਿਊ ਇਹ ਕਿੰਨਾ ਸੋਹਣਾ ਲੱਗਦਾ ਨਾ ਸਨਸੈਟ ਮੌਕੇ ਤੇ ਪਹੁੰਚ ਗਏ ਬਸ ਥੋੜਾ ਹੀ ਰਹਿੰਦਾ ਹੀ ਟਾਈਮ ਆ ਬੜਾ ਸਰਾ ਲੱਗਦਾ ਬੜਾ ਸਰਾ ਲੱਗਦਾ ਰੀਲਾ ਰੂਲਾ ਬਣਾ ਲਿਆ ਤੇ ਵਿਊ ਕਹਿੰਦੇ ਕੀ ਬਾਤ ਹੈ ਚਲੋ ਜਾ ਕੇ ਕਾਰ ਚ ਪਿੱਕੇ ਚ ਬੈਠੀਏ ਤੇ ਚੱਲੀਏ ਭੂਆ ਘਰ ਲਓ ਜੀ ਕੇਕ ਕਟਿੰਗ ਦੀ ਸੈਰਮਨੀ ਕੇਕ ਕੱਟਣਾ ਹੁਣ ਅੱਜ ਜੋਰੇ ਦਾ ਵੀ ਹੈ ਤੇ ਜੋਰੇ ਦਾ ਤੇ ਮੇਰਾ ਦੋਨਾਂ ਦਾ ਇਕੱਠਿਆਂ ਦਾ ਬਰਥਡੇ ਆ ਤੇ ਨਾਮ ਵੀ ਸੁਣਾ ਦਿਖਾ ਦਿੰਦਾ ਲਓ ਜੀ ਅੱਜ ਹੈਗਾ ਡੇ 2 ਤੇ ਅੱਜ ਗਰੋਸਰੀ ਕਰਨ ਆਏ ਸੀਗੇ ਗਰੋਸਰੀ ਲੈ ਲਈ ਹੈ ਨਾ ਡੈਡੀ ਤੇ ਡੈਡੀ ਤੇ ਮੈਂ ਤੇ ਚਾਚਾ ਅੱਜ ਗਰੋਸਰੀ ਕਰ ਲਈ ਸੀ ਦੇਖੋ ਕੀ ਬਾਤ ਹੈ ਦੁੱਧ ਹੀ ਦੁੱਧ ਕਰਤਾ ਆਪਣੇ ਉੱਥੇ ਨਾ ਦੁੱਧ ਕਿੰਨਾ ਸਸਤਾ ਆਉਂਦਾ ਇੱਥੇ ਮਹਿੰਗਾ ਹੀ ਹੈ ਨਾ ਕਿੰਨੇ ਦਾ ਹੋਇਆ ਚਾਰ ਲੀਟਰ ਇੱਕ ਕਿੰਨੇ ਦਾ ਸਸਤਾ ਹੀ ਆ ਕੋਕ ਦੇ ਥੱਲੇ ਦੋ ਰੱਖ ਲਏ ਕਹਿੰਦੇ ਕੈਨ ਵਾਲੇ ਡੱਬੇ ਕੁੱਤੇ ਡੋਰੀਟੋਸ ਵਾਲਾ ਰੱਖ ਲਿਆ ਦੇਖੋ ਕੋਕ ਹੀ ਕੋਕ ਕਰਤਾ ਲਈ ਗਰੋਸਰੀ ਲੈ ਕੇ ਘਰੇ ਆ ਗਏ ਸੀ ਇੱਕ ਅਲਮਾਰੀ ਵੀ ਲੈ ਆਉਂਦੀ ਆ ਦੋ ਲੈ ਕੇ ਆਏ ਹਾਂ ਤੇ ਜਿਸ ਵਿੱਚ ਇਹ ਲੈ ਵੀ ਆਉਂਦੀ ਆਹ ਤਾਂ ਮੈਨੂਅਲ ਆ ਠੀਕ ਆ ਹੁਣ ਇਹ ਪੜ ਪੁੜ ਕੇ ਸਮਾਰ ਕੇ ਫਿਰ ਫਿੱਟ ਹੋਊਗੀ ਆ ਨੜ ਦੇਖੋ ਪੇਜ ਕਿੰਨੇ ਆਹ ਸੀਗੇ ਉਹ ਪਏ ਆ ਉਹ ਪੈਪ ਬਹੁਤ ਸਮਾਨ ਆ ਦੋ ਬਲੌਕ ਪਏ ਆ ਦੋ ਪਿਆ ਸ਼ੀਸ਼ਾ ਉੱਧਰ ਪਏ ਆ ਸਾਰੇ ਇੱਕ ਅਲਮਾਰੀ ਇਹ ਪੂਰੀ ਫਿੱਟ ਕਰਨੀ ਹੈਗੀ ਇਹ ਤਾਂ ਨਹੀਂ ਫਿੱਟ ਹੁੰਦੀ ਲੱਗਦੀ ਆਹ ਇਹਦਾ ਬੈਕ ਸਾਈਡ ਵਾਲਾ ਮਤਲਬ ਦੇਖੋ ਤੁਸੀਂ ਕੁਆਲਿਟੀ ਕਿੰਨੀ ਹਲਕੀ ਯਾਰ ਉਹ ਕਹਿੰਦਾ ਕਨੇਡਾ ਦੀ ਚੀਜ਼ਾਂ ਵਧੀਆ ਹੁੰਦੀਆਂ ਉਰੇ ਮੈਂ ਕਿਹਾ ਮੈਂ ਕੰਧ 'ਚ ਖਿੱਚ ਕੇ ਆ ਕੇ ਮੁੱਕਾ ਮਾਰਾ ਵਜਦੀ ਨਿਕਲ ਜੂ ਇਹਨਾਂ ਹੱਥ ਉਹ ਦੇਖੋ ਮਤਲਬ ਉਹਦਾ ਘਰ ਇੰਨੇ ਸੋਹਣੇ ਆ ਨਾ ਇੰਨੇ ਜ਼ਿਆਦਾ ਥੋੜ੍ਹਾ ਜੀ ਲੱਗਿਆ ਰਹੂਗਾ ਅਤੇ ਪਰ ਉੱਦਾਂ ਨਹੀਂ ਗਾ ਇੰਡੀ ਵਾਲੀ ਗੱਲਬਾਤ ਨਹੀਂ ਹੈਗੀ ਇਹਨੂੰ ਕਰਦੇ ਹਾਂ ਕਿਸੇ ਤਰੀਕੇ ਨਾਲ ਫਿੱਟ ਬਹੁਤ ਔਖਾ ਲੈ ਕੇ ਆਇਆ ਸਮਾਨ ਉੱਤੇ ਇਹ ਭਾਰੀ ਵੀ ਆ ਹੈਗਾ ਤਾਂ ਗੱਤਾ ਜੀ ਪਰ ਹੈਵੀ ਆ ਸਿੰਪਲ
ਇੱਕ ਇਹਦਾ ਵੇਸ਼ ਆ ਹਾਂ ਵੇਸ਼ ਦੇ ਉੱਪਰ ਖੜਿਆ ਕਰਕੇ ਉਹ ਤਾਂ ਹਿੰਜਾਂ ਨੇ ਆ ਤਾਂ ਹਿੰਜਾਂ ਦੇ ਡੋਰ ਹਿੰਜਾਂ ਲੱਗ ਜਾਂਦੇ ਉਹ ਆਪਣੇ ਡੋਰ ਆ ਗਏ ਦੋ ਹਨਾ ਉਹ ਡੋਰ ਆ ਗਏ ਡੋਰ ਦੇ ਉੱਪਰ ਹੀ ਸ਼ੀਸ਼ਾ ਲੱਗ ਜਾਣਾ ਤੇ ਉਹ ਦੋ ਸੈਲਫਾਂ ਨੇ ਚਲੋ ਦੇਖਦੇ ਹਾਂ ਮੈਂ ਤਾਂ ਫਿੱਟ ਕਰਾਂਗੇ ਲਓ ਜੀ ਕੰਮ ਪ੍ਰੋਸੈਸਿੰਗ ਚ ਆ ਚਲੀ ਜਾਂਦਾ ਕੋਈ ਕਿਵੇਂ ਨਾ ਕਿਵੇਂ ਕਸੀ ਜਾਂਦੇ ਹੋ ਜੂ ਫਿੱਟ ਹੌਲੀ ਹੌਲੀ ਹੈ ਨਾ ਜਿਹੜਾ ਜਿੱਥੇ ਸੈੱਟ ਉਹਦਾ ਕਸ ਦਿਓ ਅੱਛਾ ਇਹ ਪਤਾ ਨਹੀਂ ਇਹਦੇ 'ਚ ਪਿੱਛੇ ਲੱਗਣਾ ਗਾ ਇਹ ਇੱਦਾਂ ਹੀ ਆ ਇਹ ਹੁਣ ਕਰੋ ਚੱਕ ਇੱਦਾਂ ਹੋ ਜਾਣੀ ਲਬੀਰ ਤਿਆਰ ਪਿਛਲੀਆਂ ਸਲਫਾ ਸੁਲਫਾ ਨੇ ਫਿੱਟ ਕਰ ਇੱਧਰ ਪਾਓ ਹੁਣ ਸਹੀ ਆ ਇੱਥੇ ਨਾਟ ਨੇ ਸਕਰੂ ਲੈ ਲਈ ਇਹਦੇ ਲਓ ਜੀ ਪਹਿਲਾਂ ਸੀ ਇਹ ਪੁੱਠੀ ਜੜਤੀ ਸੀਗੀ ਹੁਣ ਦੁਬਾਰੇ ਜੜੀ ਆ ਆਹ ਦੇਖੋ ਇੱਦਾਂ ਦੇ ਲੌਕ ਨੇ ਇਹਦਾ ਥੱਲਾ ਗਾ ਇਹਦੇ ਵਿੱਚ ਪੈ ਜਾਣਾ ਲੌਕ ਜੁਰਾ ਪੈ ਗਿਆ ਇਹਨੂੰ ਇਹ ਤੋਂ ਦੂਰ ਰੱਖੋ ਥੋੜ੍ਹਾ ਜਿਹਾ ਸਮਾਨ ਅਤੇ ਆਹ ਦੇਖੋ ਇੱਦਾਂ ਗਾ ਸਾਰਾ ਲੌਕ ਸਿਸਟਮ ਹੈ ਇਹਦੇ 'ਚ ਇੱਦਾਂ ਪੈ ਜਾਣਾ ਇਹਦੇ 'ਚ ਹੈ ਨਾ ਤਾਂ ਇਹਨੂੰ ਕਲਿੱਕ ਕਰਦਾ ਗਾ ਜਦੋਂ ਹੈ ਨਾ ਜਦੀ ਮਤਲਬ ਅੱਗੇ ਜਾਂਦਾ ਗਾ ਬਸ ਪੇਜ ਹੈ ਨਾ ਅਤੇ ਇਹਨੂੰ ਰੱਖ ਦਈਏ ਆਪਾਂ ਆਹ ਇਹਦੇ ਪਾਵੇ ਨੇ ਲੈ ਬਾਹਲੀ ਹੋਰ ਹੀ ਤਰ੍ਹਾਂ ਦੀ ਆਹ ਦੇਖੋ ਪਾਵੇ ਲੱਗ ਗਏ ਇਹਦੇ ਆਹ ਲੱਗ ਗਿਆ ਰਹਿ ਗਿਆ ਲਾਸਟ ਓਕੇ ਚੱਕ ਇਹ ਥੱਲਾ ਪੈਨਲ ਸੀਗਾ ਇਹਦਾ ਉੱਪਰਲਾ ਫਿੱਟ ਹੋ ਗਿਆ ਚਲੋ ਥੱਲੇ ਵੀ ਲਾ ਦੀ ਆ ਜਾਓ ਦੇਖਦੇ ਹਾਂ ਤੁਹਾਨੂੰ ਲਾ ਕੇ ਫਿਰ ਦਿਖਾਉਂਦੇ ਹਾਂ ਥੱਲੇ ਵਾਲਾ ਪੈਨਲ ਵੀ ਕਰ ਲਿਆ ਹੈ ਜੀ ਕਿਉਂ ਹਾਂਜੀ ਜੀ ਉਹੀ ਆ ਪਹਿਲਾਂ ਵਸਾਤਾ ਇਹਦੇ ਉੱਤੋਂ ਦੀ ਉਹ ਪਾ ਦਿੰਦੇ ਹਾਂ ਚੱਕੋ ਆਹ ਦੇਖੋ ਆਹ ਲੋਕ ਦਾ ਕੀ ਸਿਸਟਮ ਆ ਪਹਿਲਾਂ ਆਪਾਂ ਆ ਪਾਉਣਾ ਹੈ ਨਾ ਇਹ ਪਾ ਕੇ ਉੱਤੋਂ ਦੀ ਆਹ ਪੈਨ ਪਾ ਦੇਣੀ ਆਪਾਂ ਚੱਕੋ ਇਹ ਹੋ ਗਈ ਇੰਸਟਾਲ ਚੱਕੋ ਆਹ ਲੱਗ ਗਿਆ ਕਿੰਨਾ ਸਿੰਪਲ ਸੀਗਾ ਪਹਿਲਾਂ ਔਖਾ ਲੱਗਦਾ ਸੀ ਜਦੋਂ ਬੁੱਕ ਪੜ੍ਹ ਲਈ ਸਾਰੀ ਫਿਰ ਪਤਾ ਲੱਗ ਗਿਆ ਬੰਦੇ ਲੱਗੇ ਹੋਏ ਆ ਜਿਹਦੇ ਕਸਤੀ ਤਾਂ ਹਾਂ ਕਹਿੰਦਾ ਉਹ ਜੀ ਨੇੜੇ ਪਹੁੰਚ ਗਿਆ ਕੰਮ ਕਾਪੀਰਾਈਟ ਲਿਆਵੋਗੇ ਤੁਸੀਂ ਗਾਣਾ ਬੰਦ ਕਰੀਏ ਅਤੇ ਅਲਮਾਰੀ ਲਗਭਗ ਤਾਂ ਸਿਰੇ ਪਹੁੰਚ ਗਈ ਸ਼ੀਸ਼ੇ ਤੱਕ ਪਹੁੰਚ ਗਏ ਸ਼ੀਸ਼ੇ 'ਤੇ ਆ ਥੱਲੇ ਆ ਪਾਏ ਗੁੱਟ ਕੇ ਉਦੋਂ ਆ ਪੱਤੀ ਕਸਣ ਲੱਗੇ ਹੋਏ ਸੀਗੇ ਫਿੱਟ ਕਰਤੀ ਸਾਰੀ ਅਲਮਾਰੀ ਅਤੇ ਸੋਹਣੀ ਹੈ ਯਾਰ ਸੋਹਣੀ ਬਣ ਗਈ ਹੈ ਨਾ ਪਹਿਲਾਂ ਐਂ ਲੱਗਦਾ ਸੀਗਾ ਵੀ ਨਿੱਕੀ ਜਿਹੀ ਹੋਊਗੀ ਉਹ ਵੀ ਕਰੋ ਚੈੱਕ ਇਹਦੇ ਵੀ ਹਿੰਜ ਵਗੈਰਾ ਫਿੱਟ ਕਰਤੇ ਆਹ ਜਿਹੜੇ ਨੇਗੇ ਇਹ ਡੋਰ ਨੂੰ ਰੋਕਣ ਵਾਲੇ ਨੇ ਡੋਰ ਸਟੋਪਰ ਨੇਗੇ ਹਾਂ ਇਹ ਧੱਕੇ ਨਾਲ ਹੀ ਜਾਣੇ ਆ ਚੂੜੀ ਨਹੀਂ ਹੈਗੀ ਇਹਨਾਂ 'ਚ ਮੈਂ ਵੀ ਪਹਿਲਾਂ ਚੂੜੀ ਦੇਖਦਾ ਸੀ ਫਾਈਨਲ ਲੁੱਕ ਦੇਖ ਸਕਦੇ ਹੋ ਗਈ ਫਾਈਨਲੀ ਫਿੱਟ ਬਹੁਤ ਔਖੀ ਹੋਈ ਆ ਚੱਕੋ ਕਲਾਰਾ ਦੇਖੋ ਕਿੰਨਾ ਪਾਤਾ ਕਿੰਨੇ ਬੰਦੇ ਲੱਗੇ ਨੇ ਇੱਕ ਦੋ ਤਿੰਨ ਅਤੇ ਚੌਥਾ ਮੈਂ ਨਿੰਦਰ ਮਾਮਾ ਅੱਜ ਥੋੜ੍ਹੇ ਬਿਮਾਰ ਸੀਗੇ ਉਹ ਤਾਂ ਕਰਕੇ ਉੱਠੇ ਨਹੀਂ ਗਏ ਹੈ ਨਾ ਓਕੇ ਓਕੇ ਦੂਜੀ ਵੀ ਗੱਲ ਚੱਲੇ ਆਪ ਖੋਲ ਕੇ ਕਰਾਂ ਫਿਰ ਉਹਨੂੰ ਆ ਬਾਈ ਆ ਕਿਤੀਆਂ ਰਹਿ ਗਈਆਂ ਕਿੱਲੀਆਂ ਜੀ ਹੁਣ ਅਲਮਾਰੀਆਂ ਹੈਗੀਆਂ ਦੋ ਹੈਗਾ ਇਹਦੇ ਹਿੰਚ ਲੱਗਿਆ ਬਹੁਤ ਸੋਹਣੀ ਅਲਮਾਰੀ ਆ ਦੇਖੋ ਕਿੰਨੀ ਘੈਂਟ ਲੱਗਦੀ ਆ ਅਤੇ ਇੱਕ ਅਲਮਾਰੀ ਹੋਰ ਆ ਇਹ ਵੀ ਫਿੱਟ ਕਰਨੀ ਆ ਇਹ ਤਾਂ ਜ਼ਿਆਦਾ ਟਾਈਮ ਲੱਗਣਾ ਨੀਗਾ ਹੈ ਨਾ ਇਹ ਛੇਤੀ ਫਿੱਟ ਕਰ ਦਾਂਗੇ ਆਪਾਂ ਇਹੋ ਜਿਹੀ ਕੋਈ ਜੋਬ ਵੀ ਹੈਗੀ ਅਲਮਾਰੀਆਂ ਫਿੱਟ ਕਰਨ ਵਾਲੀ ਹਰ ਤਰ੍ਹਾਂ ਦੀ ਜੋਬ ਆ ਅੱਧੇ ਘੰਟੇ 'ਚ ਬੰਦਾ ਫਿੱਟ ਕਰ ਦੂਗਾ ਹੈ ਨਾ ਕਰ ਦੂਗਾ ਜਿਹੜਾ ਐਕਸਪੀਰੀਅੰਸ ਹੋ ਗਿਆ ਜਿਹਨੂੰ ਹਾਂ ਦੂਜੀ ਨੂੰ ਤਾਂ ਮਿੰਟ ਹੀ ਮਾਰਿਆ ਚਿੰਬੜ ਗਏ ਜੀ ਲਓ ਜੀ ਦੂਜੀ ਤਾਂ ਫਿੱਟ ਵੀ ਹੋ ਗਈ ਇਸ ਵਾਰ ਤਾਂ ਬੁੱਕ ਛੇੜੀ ਵੀ ਨਹੀਂ ਉੱਦਾਂ ਹੀ ਪਈ ਆ ਲਓ ਜੀ ਆਹ ਤਾਂ ਫਿੱਟ ਵੀ ਕਰਤੀ ਅਤੇ